ਉਹਨੂੰ ਚੈਲੰਜ ਕੀਤਾ ਤੇ ਉਹਨੇ ਮੇਰਾ ਚੈਲੰਜ ਅਕਸੈਪਟ ਕੀਤਾ ਕਹਿੰਦਾ ਆ ਜਾ ਤੈਨੂੰ ਦੇਖ ਲੈਣੇ ਆ ਵੱਡੇ ਸੁਲਤਾਨ ਨੂੰ ਮੈਂ ਕਿਹਾ ਠੀਕ ਆ ਜਦੋਂ ਮੈਂ ਉੱਥੇ ਰਿੰਗ ਦੇ ਵਿੱਚ ਗਿਆ ਮੈਂ ਉਹਦੇ ਇੱਕ ਮੁੱਕਾ ਹੀ ਮਾਰਿਆ ਉਹ ਰਿੰਗ ਦੇ ਥੱਲੇ ਗਿਆ ਫਿਰ ਉਹਨੇ ਮੈਂ ਮੈਕੇਦੇ ਵਿੱਚ ਬੋਲਿਆ ਮੈਂ ਕਿਹਾ ਜੇ ਮਾਂ ਦਾ ਦੁੱਧ ਪੀਤਾ ਨਾ ਤਾਂ ਆ ਜਾ ਰਿੰਗ ਦੇ ਵਿੱਚ ਆ ਜਾ ਲੈ ਪੰਗਾ ਹੁਣ ਆਇਆ ਪੰਜਾਬ ਦਾ ਅਸਲੀ ਸ਼ੇਰ ਬੱਬਰ ਸ਼ੇਰ ਉਹ ਡਰ ਗਿਆ ਉਹ ਡਰ ਗਿਆ ਤਾਂ ਥੱਲੇ ਉਤੋਂ ਭੱਜ ਗਿਆ ਉਹ ਮੈਨੂੰ ਉਹਨੇ ਫਿਰ ਮੈਸੇਜੇ ਭੇਜਿਆ ਖਲੀਸਰ ਕੋਲ ਕਹਿੰਦਾ ਵੀ ਉਹਨੂੰ ਚਾਹ ਸੁਲਤਾਨ ਨੂੰ ਕਹਿ ਕਿ ਵੀ ਮੈਂ ਅਗਲੇ ਸ਼ਨੀਵਾਰ ਨੂੰ ਤੇਰਾ ਵੀ ਚੈਲੰਜ ਸੈਪਟ ਕਰਦਾ ਮੈਂ ਤੇ ਉਹਨੇ ਫਿਰ ਮੇਨੂੰ ਚੈਲੰਜ ਸੈਪਟ ਕੀਤਾ ਤੇ ਸ਼ਨੀਵਾਰ ਨੂੰ ਉਹਨਾਂ ਮੇਰਾ ਮੈਚ ਹੋਇਆ 6 ਮਹੀਨੇ ਲਗਾਤਾਰ ਕੋ ਬੈਲਟ ਰਹੀ ਆ ਕਾਫੀ ਰੈਸਲਰ ਨੇ ਫਾਈਟ ਪਈ ਆ ਹਰੇਕ ਨੂੰ ਉਹ ਬੰਦਾ ਛਿ ਝੂ ਧੋਖੇ ਨਾਲ ਹਰਾਉਂਦਾ ਸੀ ਹਰੇਕ ਨੂੰ ਤਿੰਨ ਪੰਜਾਬੀ ਵੀ ਉਹਨੇ ਹਰਾਇਆ ਬਹੁਤ ਧੋਖੇ ਨਾਲ ਆਪਣੇ ਭਰਾ ਸੀ ਉਹਨਾਂ ਨੂੰ ਵੀ ਧੋਖੇ ਨਾਲ ਹੀ ਹਰਾਇਆ ਤੇ ਮੈਂ ਗੱਲ ਉਹਨੇ ਨਾ ਜਿੱਦਾਂ ਚੱਲੂ ਕਿਸੇ ਰੈਸਲਰ ਨੂੰ ਟਰੋਲ ਕਰਦਾ ਵਕਰੀ ਗੱਲ ਸੀ ਉਹਨੇ ਕੀਤਾ ਹੀ ਪੰਜਾਬ ਨੂੰ ਟਰੋਲ ਤਾਂ ਫਿਰ ਮੈਂ ਉਹਨੂੰ ਮੈਨੂੰ ਤਾਂ ਬਰਦਾਸ਼ਤ ਨਹੀਂ ਹੋਇਆ ਫਿਰ ਮੈਂ ਉਹਨੂੰ ਜਦੋਂ ਚੈਲੰਜ ਕੀਤਾ ਮੈਂ ਕਿਹਾ ਜੱਦਾ ਸੁਲਤਾਨ ਅੱਜ 벨ਟ ਲੈ ਕੇ ਜਉ ਸੁਲਤਾਨਜਾਦਾ ਪੰਜਾਬ ਲਈ ਕੁਰਬਾਨ ਹੋਊਗਾ ਮੈਦ ਦੇ ਵਿੱਚ ਉਹਨੇ ਮੇਰਾ ਗਲ ਘੁੱਟਿਆ ਗਲ ਦੇ ਵਿੱਚ ਸੰਗਲ ਪਾਇਆ ਗਲ ਦੇ ਵਿੱਚ ਪੈਰ ਰੱਖਿਆ ਅੱਖਾਂ ਦੇ ਵਿੱਚ ਉਂਗਲਾਂ ਮਾਰੀਆਂ ਮੂੰਹ ਦੇ ਵਿੱਚ ਹੱਥ ਪਾ ਕੇ ਸਾਰਾ ਖਿੱਚਿਆ ਇੱਥੋਂ ਤੱਕ ਮੇਰੇ ਉਹਨੇ ਟਿਊਬ ਵੀ ਮਾਰੀ ਟੂ ਮਾਰੀ ਤਾਂ ਮੇਰੇ ਬੋਡੀ ਦੇ ਉੱਤੇ ਟੂ ਮਾਰੇ ਜਾਕਮ ਇੰਨਾ ਕਾ ਜ਼ਿਆਦਾ ਹੋ ਗਿਆ ਖੂਨ ਨਿਕਲਿਆ ਬਲੱਡ ਘਟੋ ਘਟ ਪੰਜ ਘੰਟੇ ਮੇਰੀ ਬੋਡੀ ਦੇ ਵਿੱਚੋਂ ਬਲੱਡ ਗਿਆ ਹੀ ਨਹੀਂ ਹੈਗਾ 25 ਮਿੰਟ ਦਾ ਮੈਸੇਜ 23 ਮਿੰਟ ਲਗਾਤਾਰ ਮੈਂ ਕਹਾ ਪੁੱਤ ਕੁੱਟਲਾ ਜਿੰਨਾ ਕੁੱਟਣਾ ਉਹ ਕੁੱਟ ਕੁੱਟ ਕੇ ਹੰਬ ਗਿਆ ਮੈਂ ਕੁੱਟ ਖਾ ਕੇ ਨਹੀਂ ਹੰਬਿਆ ਪਰ ਉਹ ਕੁੱਟ ਕੇ ਹੀ ਹੰਬ ਗਿਆ ਸਿਰਫ 2 ਮਿੰਟ ਲੱਗੇ ਮੈਨੂੰ ਦੋ ਉਹਦੇ ਮੂਵ ਮਾਰੇ ਮੈਂ ਸਿਰਫ ਦੋ ਮੂਵ ਮਾਰੇ ਉਹ ਚਿੱਤ ਕਰ ਗਿਆ ਮੈਨੂੰ ਇੰਨਾ ਯਕੀਨ ਨਹੀਂ ਸੀ ਮੈਂ ਕਹਾ ਚੱਲੇ ਮੈਂ ਤੋ ਲੰਬੀ ਕੁੱਟ ਖਾਉ ਉਹ ਦੋ ਮੂਵ ਨਹੀਂ ਵਾਰ ਕੇ ਮੈਨੂੰ ਉਹਨੇ ਬੈਲਟ ਅਪ ਮਤਲਬ ਮੈਂ ਉਹਦੇ ਜਿੱਤੀ ਮੈਂ ਕਿਤੇ ਨਾ ਕਿਤੇ ਵੀ ਸੁਣਿਆ ਕਿ ਕਦੀ ਸੁਲਤਾਨ ਦਾ ਨਾਮ ਗੈਂਗਸਟਰਾਂ ਦੇ ਵਿੱਚ ਵੀ ਵੱਜਦਾ ਸੀ ਕੁਝਰੇ ਉਹ ਲੜਾਈਆਂ ਲੁੜੀਆਂ ਕਰਦੇ ਹੁੰਦੇ ਸੀ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਮੈਨੂੰ ਐ ਹੁੰਦਾ ਸੀ ਮੇਰੇ ਤੋਂ ਲੋਕ ਡਰਨ ਵੀ ਮੈਨੂੰ ਐ ਹੋਵੇ ਉਹਵੇ ਪਰ ਇਹ ਨਹੀਂ ਪਤਾ ਸੀ ਵੀ ਜ਼ਿੰਦਗੀ ਆ ਜਿਹੜੀ ਵੀ ਇਹ ਇਹਦਾ ਐਂਡ ਕੀ ਆ ਇਹਦਾ ਕਿਉਂਕਿ ਬੱਚਾ ਸੀ ਨਹੀਂ ਸੀ ਪਤਾ ਮਾਪੇ ਨੇ ਮੈਨੂੰ ਮਾਪੇ ਨੇ ਆਪਣੇ ਬੜਾ ਰੋਕਿਆ ਪੁੱਤ ਇਹ ਗਲਤ ਕੰਮਾਂ ਛੱਡ ਦੇ ਉਹੀ ਮਾੜਾ ਟਾਈਮ ਜਦੋਂ ਕਿਸੇ ਦਾ ਆਉਂਦਾ ਫਿਰ ਲਾਸਟ ਤੇ ਮਾੜਾ ਟਾਈਮ ਇਦਾਂ ਦਾ ਆਇਆ ਕਿ ਮੈਂ ਜਾਰੀ ਦੋਸਤੀ ਵਿੱਚ ਗਿਆ ਉੱਥੇ ਉਹਨਾਂ ਨੇ ਗੋਲੀਆਂ ਚਲਾਤੀਆਂ ਮਿੰਦਾ ਪਤਾ ਵੀ ਨਹੀਂ ਛੇ ਚੀਜ਼ ਬਾਰੇ ਮੈਂ ਤਾਂ ਮੌਨ ਨਾਲ ਗੱਡੀ 'ਚ ਬੈਠਾ ਮਿੰਦਾ ਇਹ ਪਤਾ ਲੱਗੇ ਪੁਲਿਸ ਆਈ ਮੈਨੂੰ ਗ੍ਰਿਫਤਾਰ ਕੀਤਾ ਚਾਕੇ ਲੱਗੇ ਮੈਂ 8 ਮਹੀਨੇ ਜੇਲ੍ਹ ਦੇ ਵਿੱਚ ਲਾਇਆ ਜਦੋਂ ਮੈਂ ਬਿਨਰ ਬਣਿਆ ਤਾਂ ਮੇਰੀ ਜੇਬ ਦੇ ਵਿੱਚ ਮਸਾਂ ਹੀ ਟੈਕਸੀ ਜਾਣ ਤੋਂ ਕੇ ਪੈਸੇ ਵੀ ਨਹੀਂ ਜੇ ਮੈਂ ਆਪਦੇ ਘਰੇ ਟੈਕਸੀ ਲਾ ਕੇ ਚਲੇ ਜਾਵਾਂ ਤੇ ਮਸਾਂ ਹੀ 10 ਡਾਲਰ ਮੇਰੀ ਜੇਬ ਦੇ ਵਿੱਚ ਤੇ ਮੈਂ ਬੜਾ ਮੈਨੂੰ ਹੋਇਆ ਯਾਰ ਮੈਂ ਕਹਾਂ ਹੁਣ ਜਾਵਾਂ ਕਿ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਕਹਿੰਦਾ ਵੀਰੇ ਵੀ ਨਾਲ ਦੇ ਇੱਕ ਰੈਸਟੋਰੈਂਟ ਆ ਵੀ ਉੱਥੇ ਕੰਮ ਕਰਨਾ ਪੈਣਾ ਤੈਨੂੰ ਆ ਪੈਸੇ ਦੇਣਗੇ ਕੰਮ ਕਰਕੇ ਵੀ ਆ ਫਿਰ ਤੂੰ ਟੈਕਸੀ ਲੈ ਕੇ ਆ ਜੀ ਤੇ ਮੈਂ ਉੱਥੇ ਵੀ ਜਦੋਂ ਬੀਟਰ ਦਾ ਕੰਮ ਕੀਤਾ ਭਾਂਡੇ ਮਾਂਜੇ ਉੱਥੇ ਮੈਂ ਮੜਾ ਮੈਂ ਉੱਥੇ ਇੱਕ ਦੇਸ਼ ਲਈ ਏਡਾ ਵੱਡਾ ਨਾਮ ਜਿੱਤੇ ਆ ਚਲੋ ਮੈਨੂੰ ਬਹੁਤ ਗਰਬ ਆ ਵੀ ਯਾਰ ਮੈਂ ਦੇਸ਼ ਲਈ ਮਤਲਬ ਮੈਂ ਆਪਦੇ ਲਈ ਦੇਸ਼ ਲਈ ਆਪਣੇ ਪੰਜਾਬ ਲਈ ਕੀਤਾ ਪਰ ਉਦੋਂ ਬਾਅਦ ਮੈਂ ਭਾਂਡੇ ਮਾਂਜੇ ਭਾਂਡੇ ਮਾਂਜ ਕੇ ਮੈਂ ਟੈਕਸੀ ਲਈ ਕਰਾਇਆ ਕੱਢਿਆ ਫਿਰ ਮੈਂ ਆਪਣੇ ਘਰੇ ਆਇਆ ਜੀ ਸਿੰਗapore, ਮਲੇਸ਼ੀਆ, థਾਈਲੈਂਡ, ਬਾਟਾਮ। ਮੈਂ ਆਹ ਕੰਟਰੀਆਂ ਦੇ ਵਿੱਚ ਮੈਂ ਆਪਣੀ ਫਾਈਟ ਕਰ ਚੁੱਕਿਆ ਵਾਂ। ਜਿਹਦੇ ਵਿੱਚ ਮੈਂ 11 ਮੈਚ ਖੇਡੇ ਆ, 8 ਮੈਚ ਮੈਂ ਜਿੱਤੇ ਆ ਜੀ ਇਹਦੇ ਵਿੱਚ। ਮੈਂ ਬੇਨਤੀ ਹੱਥ ਜੋੜ ਕੇ ਕਰਦਾ ਇਹ ਨਸ਼ੇ ਚਿੱਟੇ ਨਸ਼ੇ ਤੋਂ ਦੂਰ ਰਹੋ ਬਾਕੀ ਵੀ ਨਸ਼ਿਆਂ ਤੋਂ ਦੂਰ ਰੋ ਆਪਣੀ ਮਿਹਨਤ ਕਰੋ ਮੇਰੇ ਵਾਂਗੂ ਮੈਂ ਦੇਖੋ ਕਿਦਾਂ ਆਇਆ ਮੇਰੀ ਲਾਈਫ ਵੀ ਕੱਲ ਤੱਕ ਅੰਮਾ ਚ ਪੈ ਗਈ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲਿਆ ਸੰਭਾਲ ਕੇ ਅੱਜ ਮੈਂ ਪੰਜਾਬ ਲਈ ਕੋਸ਼ਿਸ਼ ਕੀਤਾ ਮੈਂ ਵੀ ਕਹਿੰਦਾ ਤੁਸੀਂ ਵੀ ਇਦਾਂ ਪੰਜਾਬ ਲਈ ਕਰੋ ਛੋਡਾ ਵੀ ਇਦਾਂ ਨੌ ਹੋਵੇ ਛੋਡ ਵੀ ਲੋਕ ਇੱਜ਼ਤ ਕਰਨ ਪੰਜਾਬ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਲੇਅਰ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਇੱਕ ਟਾਈਮ ਤੇ ਕਬੱਡੀ ਖੇਡਦਾ ਸੀ ਪਰ ਅੱਜ ਉਹ ਇੱਕ ਬਹੁਤ ਮੰਨਿਆ ਹੋਇਆ ਰੈਸਲਰ ਹੈ ਬਾਹਰ ਵਿਦੇਸ਼ਾਂ 'ਚ ਜਾ ਕੇ ਵੀ ਉਸਨੇ ਰੈਸਲਿੰਗ ਕੀਤੀ ਦ ਗ੍ਰੇਟ ਖਲੀ ਦੇ ਕੋਲੋਂ ਟ੍ਰੇਨਿੰਗ ਲਈਤੀ ਜੇ ਤੁਸੀਂ ਦੇਖੋਗੇ ਬੋਡੀ ਵੀ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਮਿਲਦੀ ਹੈ ਤੇ ਬੈਲਟ ਜਿਹੜੀ ਹੈ ਉਹਨਾਂ ਨੇ ਹਾਸਲ ਕੀਤੀ ਹੈ ਤੇ ਬਾਹਰ ਜਾ ਕੇ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਗੱਲ ਕਰਦੇ ਹਾਂ ਸੁਲਤਾਨ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਫ਼ਰ ਰਿਹਾ ਇਹ 벨ਟ ਹਾਸਲ ਕਰਨ ਦੇ ਵਿੱਚ ਸੱਚੀ ਗੱਲ ਬਈ ਸੱਚੀ ਗੱਲ ਬਚਾਲੀ ਮੈਂ ਪਹਿਲਾਂ ਤਾਂ ਮੈਂ ਪੰਜਾਬ نیوز ਦਾ ਬਹੁਤ ਦਿਲੋਂ ਧੰਨਵਾਦ ਕਰਦਾ ਵੀ ਦਾਸ ਨੂੰ ਇਹ ਮੌਕਾ ਦਿੱਤਾ ਜੀ ਹਾਂਜੀ ਮੈਂ ਇਹ 벨ਟ ਸਮਝ ਲੋ ਵੀ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਜੰਗ ਜਿੱਤ ਕੇ ਮਤਲਬ ਇਹ ਬੈਲਟ ਪੰਜਾਬ ਲਈ ਲੈ ਕੇ ਆਇਆ ਇਹ ਪੰਜਾਬ ਦੇ ਵਿੱਚ ਕਦੇ ਬਿਲਟ ਵੈਸੇ ਆਈ ਨਹੀਂ ਸੀ ਤੇ ਮੇਰਾ ਸੁਪਨਾ ਸੀ ਵੀ ਮੈਂ ਕੋਈ ਅਹਜਾ ਕੰਮ ਕਰਾਂ ਵੀ ਪੰਜਾਬ ਲਈ ਵੀ ਮੈਂ ਬੈਲਟ ਲੈ ਕੇ ਆਵਾਂ ਜਾਂ ਕੁਛ ਇਦਾਂ ਦੀ ਮੈਚ ਕਰਾਂ ਵੀ ਦੁਨੀਆ ਯਾਦ ਰੱਖੇ ਚਲੋ ਵਾਹਿਗੁਰੂ ਮਾਲਕ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਵੀ ਆ ਬੈਲਟ ਲੜਨ ਦਾ ਮੈਨੂੰ ਮੈਚ ਮਿਲਿਆ ਤੇ ਮੈਂ ਆਪਣੀ ਪੰਜਾਬ ਲਈ ਇਹ ਬੈਲਟ ਲੈ ਕੇ ਆਇਆ ਜੀ ਭਾਜੀ ਕਿਹੜੀ ਜਗ੍ਹਾ ਰੈਸਲਿੰਗ ਹੋਈ ਸੀਗੀ ਏ ਜੀ ਹਰਿਆਣੇ ਦੇ ਵਿੱਚ ਕਰਨਾਲ ਸ਼ਹਿਰ ਪੈਂਦਾ ਦਾ ਗ੍ਰੇਡ ਖਲੀ ਦਾ ਉੱਥੇ ਢਾਬਾ ਜੀ ਤੇ ਗ੍ਰੇਡ ਖਲੀ ਦੀ ਅਕੈਡਮੀ ਦੇ ਵਿੱਚ ਇੱਕ ਬਾਬਾ ਨਾਂ ਦਾ ਮੁੰਡਾ ਸੀ ਰਾਜਸਥਾਨ ਤੋਂ ਉਹਨਾਂ ਨੇ ਆਪਣੇ ਚੈਲੰਜ ਕੀਤਾ ਪੰਜਾਬੀਆਂ ਨੂੰ ਗੱਲ ਪੰਜਾਬ ਤੇ ਆ ਗਈ ਨਾ ਚਲੋ ਹੰਕਾਰ ਬਹੁਤ ਆ ਗਿਆ ਉਸ ਬੰਦੇ ਦੇ ਵਿੱਚ ਹੰਕਾਰ ਇੰਨਾ ਕਿ ਜ਼ਿਆਦਾ ਆ ਗਿਆ ਪੰਜਾਬੀਆਂ ਨੂੰ ਕਹਿੰਦਾ ਕਿ ਵੀ ਮੈਂ ਪੰਜਾਬ ਦਾ ਕੋਈ ਅਜਾ ਸ਼ੇਰ ਜੰਮਿਆ ਨਹੀਂ ਜਿਹੜਾ ਮੈਨੂੰ ਹਰਾ ਦੂਗਾ ਤੇ ਵੀ ਮੈਂ ਪੰਜਾਬ ਨੂੰ ਚੈਲੰਜ ਕਰਦਾ ਜੇ ਕੋਈ ਹੈ ਪੰਜਾਬੀ ਮੈਨੂੰ ਹਰਾਉਣ ਵਾਲਾ ਤਾਂ ਅੱਗੇ ਆਵੇ ਮੈਂ ਇਹ ਮੈਚ ਦੇਖਦੇ ਗੱਲ ਹੁਣ ਗੱਲ ਆਈ ਪੰਜਾਬ ਤੇ ਗਈ ਆ ਫਿਰ ਕਿੱਥੋਂ ਕਹਿੰਦੇ ਨੇ ਪੰਜਾਬੀ ਚੁੱਪ ਹੋ ਜਾਣ ਤੇ ਮੈਂ ਫਿਰ ਉਹ ਬੰਦੇ ਨੂੰ ਖਾਲੀਸਰ ਨੂੰ ਫੋਨ ਕੀਤਾ ਵੀ ਇਸ ਰੈਸਲਰ ਨੂੰ ਬੋਲ ਕਿ ਵੀ ਪੰਜਾਬ ਦਾ ਸੁਲਤਾਨ ਆ ਰਿਹਾ ਵਾ ਤੈਨੂੰ ਹਰਾਉਣ ਵਾਸਤੇ ਤੇ ਫਿਰ ਮੈਂ ਉਹਨੂੰ ਪੰਜਾਬ ਉਹਨੂੰ ਚੈਲੰਜ ਕੀਤਾ ਤੇ ਉਹਨੇ ਮੇਰਾ ਚੈਲੰਜ ਅਕਸੈਪਟ ਕੀਤਾ ਕਹਿੰਦਾ ਆ ਜਾ ਤੈਨੂੰ ਦੇਖ ਲੈਣੇ ਆ ਵੱਡੇ ਸੁਲਤਾਨ ਨੂੰ ਮੈਂ ਕਿਹਾ ਠੀਕ ਆ ਜਦੋਂ ਮੈਂ ਉੱਥੇ ਰਿੰਗ ਦੇ ਵਿੱਚ ਗਿਆ ਮੈਂ ਉਹਦੇ ਇੱਕ ਮੁੱਕਾ ਹੀ ਮਾਰਿਆ ਉਹ ਰਿੰਗ ਦੇ ਥੱਲੇ ਗਿਆ ਫਿਰ ਉਹਨੇ ਮੈਂ ਮੈਕ ਦੇ ਵਿੱਚ ਬੋਲਿਆ ਮੈਂ ਕਿਹਾ ਜੇ ਮਾਂ ਦਾ ਦੁੱਧ ਪੀਤਾ ਨਾ ਤਾਂ ਆ ਜਾ ਰਿੰਗ ਦੇ ਵਿੱਚ ਆ ਜਾ ਲੈ ਪੰਗਾ ਹੁਣ ਆਇਆ ਪੰਜਾਬ ਦਾ ਅਸਲੀ ਸ਼ੇਰ ਬੱਬਰ ਸ਼ੇਰ ਉਹ ਡਰ ਗਿਆ ਉਹ ਡਰ ਗਿਆ ਤਾਂ ਥੱਲੇ ਉੱਤੋਂ ਭੱਜ ਗਿਆ ਉਹ ਮੈਨੂੰ ਉਹਨੇ ਫਿਰ ਮੈਸੇਜ ਭੇਜਿਆ ਖਲੀਸਰ ਕੋਲ ਕਹਿੰਦਾ ਵੀ ਉਹਨੂੰ ਚਾਹ ਸੁਲਤਾਨ ਨੂੰ ਕਹਿ ਕਿ ਵੀ ਮੈਂ ਅਗਲੇ ਸ਼ਨੀਵਾਰ ਨੂੰ ਤੇਰਾ ਵੀ ਚੈਲੰਜ ਅਕਸੈਪਟ ਕਰਦਾ ਮੈਂ ਤੇ ਉਹਨੇ ਫਿਰ ਮੇਨੂੰ ਚੈਲੰਜ ਅਕਸੈਪਟ ਕੀਤਾ ਤੇ ਸ਼ਨੀਵਾਰ ਨੂੰ ਉਹ ਨਾਲ ਮੇਰਾ ਮੈਚ ਹੋਇਆ ਜੀ ਮੈਂ ਵੀ ਸੁਣਿਆ ਕਿ ਉਹ 10 ਤੋਂ 12 ਵਾਰ ਉਹਨੂੰ ਉਹ ਲੋਕਾਂ ਨੂੰ ਹਰਾ ਚੁੱਕਾ ਸੀ ਉਹਦੇ ਕੋਲੇ ਬੈਲਟ ਸਗੀ ਤੁਸੀਂ ਗਏ ਹੋ ਤਾਂ ਬੈਲਟ ਜਿੱਤੀ ਹੈ ਹਾਂਜੀ ਉਹਨਾਂ ਨੇ 6 ਮਹੀਨੇ ਲਗਾਤਾਰ ਕੋ ਬੈਲਟ ਰਹੀ ਆ ਕਾਫੀ ਰੈਸਲਰ ਨੇ ਫਾਈਟ ਪਾਈ ਆ ਹਰੇਕ ਨੂੰ ਉਹ ਬੰਦਾ ਚਿ ਝੂ ਧੋਖੇ ਨਾਲ ਹਰਾਉਂਦਾ ਸੀ ਹਰੇਕ ਨੂੰ ਤਿੰਨ ਪੰਜਾਬੀ ਵੀ ਉਹਨੇ ਹਰਾਇਆ ਬਹੁਤ ਧੋਖੇ ਨਾਲ ਆਪਣੇ ਭਰਾ ਸੀ ਉਹਨਾਂ ਨੂੰ ਵੀ ਧੋਖੇ ਨਾਲ ਹੀ ਹਰਾਇਆ ਤੇ ਮੈਂ ਗੱਲ ਉਹਨੇ ਨਾ ਜੇਦਾ ਚੱਲੋ ਕਿਸੇ ਰੈਸਲਰ ਨੂੰ ਟਰੋਲ ਕਰਦਾ ਵੱਖਰੀ ਗੱਲ ਸੀ ਉਹਨੇ ਕੀਤਾ ਹੀ ਪੰਜਾਬ ਨੂੰ ਟਰੋਲ ਆ ਤਾਂ ਫਿਰ ਮੈਂ ਉਹਨੂੰ ਮੈਨੂੰ ਬਰਦਾਸ਼ਤ ਨਹੀਂ ਹੋਇਆ ਫਿਰ ਮੈਂ ਉਹਨੂੰ ਜਦੋਂ ਚੈਲੰਜ ਕੀਤਾ ਮੈਂ ਕਿਹਾ ਜਦ ਤੱਕ ਸੁਲਤਾਨ ਅੱਜ ਬੈਲਟ ਲੈ ਕੇ ਜਾਊ ਸੁਲਤਾਨ ਜادہ ਪੰਜਾਬ ਲਈ ਕੁਰਬਾਨ ਹੋਊਗਾ ਤੇ ਫਿਰ ਮੈਂ ਜੋ ਵੀ ਮੈਨੂੰ ਦਾਏ ਸੀ ਵੀ ਚਲੋ ਐਦਾਂ ਸਮਾਂ ਵੀ ਆ ਗਿਆ ਕਿਉਂਕਿ ਉਹਨੇ ਮੇਰੇ ਨਾਲ ਇੰਨਾ ਕ ਜਿਆਦਾ ਧੋਖਾ ਕੀਤਾ ਮੈਦ ਦੇ ਵਿੱਚ ਉਹਨੇ ਮੇਰਾ ਗਲ ਕੁੱਟਿਆ ਗਲ ਦੇ ਵਿੱਚ ਸੰਗਲ ਪਾਇਆ ਗਲ ਦੇ ਵਿੱਚ ਪੈਰ ਰੱਖਿਆ ਅੱਖਾਂ ਦੇ ਵਿੱਚ ਉਂਗਲਾਂ ਮਾਰੀਆਂ ਮੂੰਹ ਦੇ ਵਿੱਚ ਹੱਥ ਪਾ ਕੇ ਸਾਰਾ ਖਿੱਚਿਆ ਇੱਥੋਂ ਤੱਕ ਮੇਰੇ ਉਹਨੇ ਟਿਊਬ ਵੀ ਮਾਰੀ ਟੂ ਮਾਰੀ ਤਾਂ ਮੇਰੇ ਬੋਡੀ ਦੇ ਉੱਤੇ ਟੂ ਮਾਰੇ ਜਾਖਮ ਇੰਨਾ ਕ ਜਿਆਦਾ ਹੋ ਗਿਆ ਖੂਨ ਨਿਕਲਿਆ ਬਲੱਡ ਘਟੋ ਘਟ 5 ਘੰਟੇ ਮੇਰੀ ਬੋਡੀ ਦੇ ਵਿੱਚੋਂ ਬਲੱਡ ਗਿਆ ਹੀ ਨਹੀਂ ਹੈਗਾ ਤੇ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ ਮੈਂ ਉਹ ਕਾਲਪੂਰ ਨੂੰ ਵਾਇਗਰੂ ਨੂੰ ਯਾਦ ਕੀਤਾ ਮੈਂ ਕਿਹਾ ਵਾਇਗਰੂ ਜਦਾ ਸੁਲਤਾਨ ਨੂੰ ਮਾਰੀ ਦੀ ਤਾਂ ਤਾਂ ਸੁਲਤਾਨ ਬੈਲਟ ਲੈ ਕੇ ਆਵੇ ਤੇ ਮਤਲਬ ਉਹਨੇ ਆਪਣੀ ਕੋਈ ਕਸਰ ਨਹੀਂ ਛੱਡੀ 25 ਮਿੰਟ ਦਾ ਮੈਚ ਸੀ 23 ਮਿੰਟ ਲਗਾਤਾਰ ਮੈਂ ਕਿਹਾ ਪੁੱਤ ਕੁੱਟਲਾ ਜਿੰਨਾ ਕੁੱਟਣਾ ਉਹ ਕੁੱਟ-ਕੁੱਟ ਕੇ ਹੰਬ ਗਿਆ ਮੈਂ ਕੁੱਟ ਖਾ ਕੇ ਨਹੀਂ ਹੰਬਿਆ ਪਰ ਉਹ ਕੁੱਟ ਕੇ ਹੀ ਹੰਬ ਗਿਆ ਸਿਰਫ 2 ਮਿੰਟ ਲੱਗੇ ਮੈਨੂੰ ਦੋ ਉਹਦੇ ਮੂਵ ਮਾਰੇ ਮੈਂ ਸਿਰਫ ਦੋ ਮੂਵ ਮਾਰੇ ਉਹ ਚਿੱਤ ਕਰ ਗਿਆ ਮੈਨੂੰ ਇੰਨਾ ਯਕੀਨ ਸੀ ਮੈਂ ਕਿਹਾ ਚੱਲੇ ਮੈਂ ਤੋ ਲੰਬੀ ਕੁੱਟ ਖਾਉ ਉਹ ਦੋ ਮੂਵ ਨਹੀਂ ਬਹਾਰ ਕੇ ਮੈਨੂੰ ਉਹਨੇ ਬੈ ਆ ਜਿਹੜੀ ਪਿੱਛੇ ਸੱਟ ਲੱਗੀ ਹੋਈ ਏ ਤੁਹਾਡੇ ਐਦਾਂ ਰੋਡ ਮਾਰੀ ਸੀ ਉਹਨਾਂ ਨੇ ਟਿਊਬ ਮਾਰੀ ਸੀ ਹਾਂਜੀ ਟਿਊਬ ਮਾਰੀ ਸੀ ਮਤਲਬ ਮੇਰਾ YouTube ਤੇ ਮੈਚ ਪਿਆ ਵਾ ਉਹਨੇ ਨਾ ਧੋਖੇ ਨਾਲ ਟੋਪ ਟਿਊਬ ਚੱਕੀ ਮੈਂ ਦੇਖ ਨਹੀਂ ਰਿਹਾ ਸੀ ਉਹਨੂੰ ਟਿਊਬ ਚੱਕ ਕੇ ਮੇਰੇ ਮਾਰੀ ਚਲੋ ਟਿਊਬ ਮਾਰੀ ਵਖਰੀ ਉਹਨੇ ਟਿਊਬ ਜਿਹੜੀ ਟੁੱਟੀ ਹੋਈ ਸੀ ਉਹ ਮੇਰੇ ਐ ਟੂਹੀ ਤੇ ਕਸਾਈ ਵੀ ਹਾਰ ਮੰਨੇ ਆਦੇ ਮੂੰਹੋਂ ਬੋਲੇ ਮੈਂ ਹਾਰ ਗਿਆ ਮੈਨੂੰ ਮaaf ਕਰ ਦਿਓ ਮਤਲਬ ਮੈਂ ਹਾਰ ਨਹੀਂ ਮੰਨੀ ਮੈਨੂੰ ਕਿਉਂਕਿ ਪੰਜਾਬ ਦੇਖਦਾ ਸੀ ਮੈਨੂੰ ਪੰਜਾਬ ਦੀ ਬੇਇੱਜ਼ਤੀ ਦੇਖਦੀ ਸੀ ਮੈਂ ਕਿਹਾ ਇਹਨੇ ਬੰਦੇ ਨੇ ਪੰਜਾਬ ਬਾਰੇ ਬੋਲਿਆ ਕਿਵੇਂ ਇਹ ਕਹਿੰਦਾ ਪੰਜਾਬ ਨਸ਼ ਗੱਭਰੂ ਵੀ ਰਹਿੰਦੇ ਆ ਇਹ じゃ ਸੁਲਤਾਨ ਵੀ ਪੰਜਾਬ ਦੇ ਵਿੱਚ ਰਹਿੰਦਾ ਵਾ ਤੇ ਗੱਲ ਉੱਥੇ ਆਈ ਸੀ ਫਿਰ ਮੈਂ ਹਾਰ ਨਹੀਂ ਮੰਨੀ ਹੈਗੀ ਮੈਂ ਉਹਦੇ ਦੋ ਇੱਕ ਛਪੇਰ ਮਾਰੀ ਇੱਕ ਕੁਰਸੀ ਉਹਦੇ ਮਾਰੀ ਉਹ ਹਾਰ ਮੰਨੇਗਾ ਬੜੀ ਛੇਤੀ ਮੰਨਿਆ ਮੈਂ ਆਪਣੀ ਬੈਲਟ ਜਿੱਤੀ ਫਿਰ ਜੀ ਭਾਜੀ ਬਹੁਤ ਵਧੀਆ ਗੱਲ ਆ ਬੈਲਟ ਲੈ ਕੇ ਆਏ ਤੁਸੀਂ ਸਾਡੇ ਪੰਜਾਬ ਦਾ ਮਾਣ ਵਧਾਇਆ ਮੈਂ ਕਿਤੇ ਨਾ ਕਿਤੇ ਵੀ ਸੁਣਿਆ ਕਿ ਕਦੀ ਸੁਲਤਾਨ ਦਾ ਨਾਮ ਗੈਂਗਸਟਰਾਂ ਦੇ ਵਿੱਚ ਵੀ ਵੱਜਦਾ ਸੀ ਨਹੀਂ ਗੈਂਗਸਟਰਾਂ ਦੇ ਵਿੱਚ ਨਹੀਂ ਵੱਜਦਾ ਸੀ ਮੇਰਾ ਨਾ ਜੀ ਗੈਂਗਸਟਰ ਦਾ ਇੱਕ ਬਹੁਤ ਵੱਡਾ ਉਹਦਾ ਆ ਜਾਂਦਾ ਮੈਨੇ ਜੋਗਾ ਨਹੀਂ ਹੈਗਾ ਵੈਗੁਰਾ ਹਜੇ ਮਾਰੇ ਵਕਤ ਜੇ ਕਿਸੇ ਦਾ ਮਾਂ ਦਾ ਪੁੱਤ ਜਾਂ ਕਿਸੇ ਗੱਭਰੂ ਨੂੰ ਨਾ ਪਾਵੇ ਹਨਾ ਇਹ ਵੀ ਗੈਂਗਸਟਰ ਐਵੇਂ ਨਹੀਂ ਮਜਬੂਰੀ ਨਾਲ ਬਣਦੇ ਨੇ ਕੋਈ ਬਣਦਾ ਕਿਦਾਂ ਮਜਬੂਰੀ ਨਾਲ ਬਣਦਾ ਹਨਾ ਪਰ ਤਮਾਸ਼ੀ ਚ ਤਾਂ ਸੀਗੇ ਹਾਂ ਮਤਲਬ ਬਦਮਾਸ਼ੀ ਜਿਹੀ ਨਹੀਂ ਕਰਦੇ ਮਤਲਬ ਲੜਾਈਆਂ ਚ ਜ਼ਰੂਰ ਸੀ ਕਿਉਂਕਿ ਉਮਰ ਸੀ ਸਾਰੀ 18 ਕੇ ਸਾਲ 19 18 17 18 ਸਾਲ ਕਿਉਂਕਿ ਐਈ ਉਮਰ ਦੇ ਵਿੱਚ ਬੱਚੇ ਨੂੰ ਇਹ ਹੁੰਦਾ ਹੀ ਮੈਂ ਆਪ ਜਲਦੀ ਫੇਮ ਲਾਵਾਂ ਫੇਮਸ ਹੋਵਾਂ ਮੈਂ ਠੀਕ ਆ ਉਹ ਤੇ ਉਹ ਚੀਜ਼ ਮੇਰੇ ਜੀ ਵੀ ਆਈ ਸੀ ਮੈਂ ਉਹਨਾਂ ਨੂੰ ਜਿਹੜੇ ਉਹਨਾਂ ਲੜਾਈਆਂ ਲੁੜੀਆਂ ਕਰਦੇ ਹੁੰਦੇ ਸੀ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਮੈਨੂੰ ਐ ਹੁੰਦਾ ਜ਼ਿੰਦਗੀ ਆ ਜਿਹੜੀ ਵੀ ਇਹ ਇਹਦਾ ਐਂਡ ਕੀ ਆ ਇਹਦਾ ਕਿਉਂਕਿ ਬੱਚਾ ਸੀ ਨਹੀਂ ਸੀ ਪਤਾ ਮਾਪੇ ਮੇਨੂੰ ਮਾਪੇ ਆਪਣੇ ਬੜਾ ਰੋਕਿਆ ਪੁੱਤ ਇਹ ਗਲਤ ਕੰਮ ਆ ਛੱਡ ਦੇ ਉਹੀ ਮਾੜਾ ਟਾਈਮ ਜਦੋਂ ਕਿਸੇ ਦਾ ਆਉਂਦਾ ਫਿਰ ਲਾਸਟ ਤੇ ਮਾੜਾ ਟਾਈਮ ਇਦਾਂ ਦਾ ਆਇਆ ਕਿ ਮੈਂ ਜਾਰੀ ਦੋਸਤੀ ਵਿੱਚ ਗਿਆ ਉੱਥੇ ਉਹਨਾਂ ਨੇ ਗੋਲੀਆਂ ਚਲਾਤੀਆਂ ਮੈਨੂੰ ਤਾਂ ਪਤਾ ਵੀ ਨਹੀਂ ਛੇ ਚੀਜ਼ ਬਾਰੇ ਮੈਂ ਤਾਂ ਮੌਨ ਨਾਲ ਗੱਡੀ 'ਚ ਬੈਠਾ ਮੈਨੂੰ ਤਾਂ ਇਹ ਪਤਾ ਲੱਗੇ ਪੁਲਿਸ ਆਈ ਮੈਨੂੰ ਗ੍ਰਿਫਤਾਰ ਕੀਤਾ ਚਾਕੇ ਲੱਗੇ ਮੈਂ 8 ਮਹੀਨੇ ਜੇਲ੍ਹ ਦੇ ਵਿੱਚ ਲਾਇ ਮੈਂ ਕਿਹਾ ਕਿ ਕਬੱਡੀ ਦਾ ਬਹੁਤ ਵੱਡਾ ਪਲੇਅਰ ਸੀ ਕਿਉਂਕਿ ਮੇਰੀ ਜਿਹੜੀ ਲੜਾਈ ਤੋਂ ਪਹਿਲਾਂ ਜੇਲ੍ਹ ਜਾਣ ਤੋਂ ਪਹਿਲਾਂ ਮੈਂ ਇੱਕ ਕਬੱਡੀ ਦਾ ਪਲੇਅਰ ਸੀ ਕਿਉਂਕਿ ਮੈਂ ਇੱਕ ਪਲੇਅਰ ਸੀ ਪਲੇਅਰ ਦੇ ਕੰਮ ਕਰਦੇ ਚੰਗੇ ਨਹੀਂ ਲੱਗਦੇ ਪਰ ਛੋਟੀ ਉਮਰ ਜਿਹੜੀ ਸੀ ਗਲਤ ਪਾਸੇ ਲੈ ਗਈ ਫੇਮ ਬਣਾਉਣ ਦੇ ਚੱਕਰ 'ਚ ਤੇ ਜਦੋਂ ਮੈਂ ਜੇਲ੍ਹ ਤੋਂ ਆਇਆ ਤਾਂ ਮੈਨੂੰ ਦਾ ਗ੍ਰੇਡ ਖਲੀ ਦੀ ਮੇਰਾ ਇੱਕ ਦੋਸਤ ਸੀ ਉਹਨਾਂ ਨੇ ਮੈਨੂੰ ਗ੍ਰੇਡ ਖਲੀ ਦੀ ਅਕੈਡਮੀ ਬਾਰੇ ਦੱਸਿਆ ਤੇ ਫਿਰ ਮੈਨੂੰ ਐ ਛਿਮਾ ਗਿਆ ਯਾਰ ਮੈਂ ਬਹੁਤ ਜਿਆਦਾ ਬਦਨਾਮ ਹੋ ਗਿਆ ਮਾਂ ਮਾਂ ਬਾਪ ਦਾ ਸਿਰ ਮੈਂ ਝੁਕਾਤਾ ਵਾ ਮੇਰਾ ਐਡਾ ਵੱਡਾ ਬਾਪੂ ਖਿਡਾਰੀ ਸੀ ਕਬੱਡੀ ਖਿਡਾਰੀ ਸੀ ਬਹੁਤ ਤਕੜਾ ਮੇਰਾ ਬਾਪੂ ਉਹਦਾ ਨਾਮ ਯਰ ਮੈਂ ਮਿੱਟੀ ਦੇ ਵਿੱਚ ਰੋਲਦਾ ਤੇ ਮੈਂ ਕੁਛ ਪੰਜਾਬ ਵਾਲੀ ਵੱਖਰਾ ਮੈਂ ਪੰਜਾਬ ਵਾਲੀ ਇਦਾਂ ਕਰਨਾ ਚਾਹੁੰਦਾ ਕਿ ਵੀ ਮੇਰੀ ਜ਼ਿੰਦਗੀ ਜਿਹੜੀ ਆ ਵੀ ਮੈਂ ਪੰਜਾਬ ਦੇ ਲੇਖੇ ਲਾਦਾ ਤੇ ਮੈਨੂੰ ਜਦੋਂ ਫਿਰ ਆ ਜਿਹੜਾ ਮਿਲਿਆ ਮੈਨੂੰ ਇਹ ਪਤਾ ਜੀ ਪੰਜਾਬੀ ਇਹਦੇ ਵਿੱਚ ਕਿਸੇ ਨੇ ਤੱਕ ਝੰਡਾ ਨਹੀਂ ਗੱਡਿਆ ਮੈਂ ਗੰਡਾ ਚ ਲਾਗ ਝੰਡਾ ਗੱਡਣਾ ਚਾਹੁੰਦਾ ਜਿਵੇਂ ਦਾ ਗ੍ਰੇਡ ਖਲੀ ਨੇ ਦੇ ਆਪਣੇ ਇੰਡੀਆ ਲਈ ਕੀਤਾ ਪੰਜਾਬ ਲਈ ਕੀਤਾ ਤਾਂ ਮੈਂ ਵੀ ਉਹਨਾਂ ਵਾਂਗੂ ਆਪਣਾ ਨਾਂ ਕਮਾਉਣਾ ਚਾਹੁੰਦਾ ਫਿਰ ਮੈਂ ਉਹ ਜੁਆਇਨਿੰਗ ਕੀਤੀ ਤੇ ਮੈਂ ਰੈਸ਼ਲਿੰਗ ਜੁਆਇਨ ਕਰਕੇ ਮੈਂ ਮਤਲਬ ਆ ਜਾ ਮਕਾਮ ਤੇ ਪਹੁੰਚਿਆ ਮਾਂ ਜੀ ਸੁਲਤਾਨ ਕਿੱਦਾਂ ਦੇਕਰ ਹੋਇਆ ਮੈਂ ਇੱਕ ਜੀ ਬਹੁਤ ਜ਼ਿਆਦਾ ਮਿਡਲ ਇੱਕ ਸੁਧਾਰਨ ਫੈਮਿਲੀ ਆਪਾਂ ਕਹਿ ਸਕਦੇ ਆਂ ਮੇਰੇ ਹਾਲਾਤ ਮਾੜੇ ਨੇ ਘਰ ਦੇ ਹਾਲਾਤ ਬਸ ਵੇ ਹਾਂ ਜਦੋਂ ਵੀ ਡਾਇਟ ਖਰਚਾ ਪੂਰਾ ਨਹੀਂ ਹੁੰਦਾ ਮੇਰਾ ਮੇਰਾ ਕਿਉਂਕਿ ਡੈਡ ਖਰਚਾ ਨਹੀਂ ਪੂਰਾ ਹੁੰਦਾ ਡਾਇਟ ਖਰਚੇ ਲਈ ਮੈਨੂੰ ਕੰਮ ਕਰਨਾ ਪੈਂਦਾ ਮੈਂ ਸਕਿਉਰਿਟੀ ਗਾਰਡ ਦਾ ਵੀ ਕੰਮ ਕੀਤਾ ਵਾ ਮੈਂ ਬਾਹਰ ਵੀ ਪੰਜ ਦੇਸ਼ਾਂ ਚ ਖੇਡ ਕੇ ਆਇਆ ਵਾਂ ਜਿਹਦੇ ਵਿੱਚ ਮੈਂ 11 ਮੈਚ ਕੀਤੇ 8 ਮੈਚ ਉਹਦੇ ਵੀ ਜਿੱਤੇ ਆ ਵਾਂ ਇੱਕ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾਉਣਾ ਵਾ ਮੇਰਾ ਨਾ ਰਾਇਲ ਨੰਬਰ ਮੈਚ ਹੁੰਦਾ ਰਾਇਲ ਨੰਬਰ ਮੈਚ ਇਦਾਂ ਦਾ ਹੁੰਦਾ ਕਿ ਵੀ ਰੈਸਲਰ ਹੁੰਦੇ ਉਹ ਤੇ 12 13 ਰੈਸਲ ਉਹਨਾਂ ਨੂੰ ਥੱਲੇ ਰਿੰਗ ਦੇ ਵਿੱਚ ਛੱਟਣਾ ਹੁੰਦਾ ਵਾ ਛੱਟ ਕੇ ਕਿਵੇਂਦਰ ਬਣਦਾ ਤੇ ਮੈਂ ਉਹਦੀ ਤਿਆਰੀ ਕੀਤੀ ਤੇ ਮੈਂ ਜਦੋਂ 14 ਰੈਸ 14ਵੇਂ ਰੈਸਲੇ ਮੈਚ ਹੀ ਮੈਂ 13 ਰੈਸ ਥੱਲੇ ਛੱਟੇ ਉਹਦੇ ਵਿੱਚ ਮੈਂ ਬਿੰਨਰ ਬਣਿਆ ਜਦੋਂ ਮੈਂ ਬਿੰਨਰ ਬਣਿਆ ਤਾਂ ਮੇਰੀ ਜੇਬ ਦੇ ਵਿੱਚ ਮਸਾਂ ਹੀ ਟੈਕਸੀ ਜਾਣ ਤੋਂ ਅੱਗੇ ਪੈਸੇ ਵੀ ਨਹੀਂ ਜੇ ਮੈਂ ਆਪਦੇ ਘਰੇ ਟੈਕਸੀ ਲਾ ਕੇ ਚਲੇ ਜਾਵਾਂ ਤੇ ਮਸਾਂ ਹੀ 10 ਡਾਲਰ ਮੇਰੀ ਜੇਬ ਦੇ ਵਿੱਚ ਤੇ ਮੈਂ ਬੜਾ ਮੈਨੂੰ ਹੋਇਆ ਯਾਰ ਮੈਂ ਕਹਾਂ ਹੁਣ ਜਾਵਾਂ ਕਿ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਕਹਿੰਦਾ ਵੀਰੇ ਵੀ ਨਾਲ ਦੇ ਇੱਕ ਥੇਲ ਰੈਸਟੋਰੈਂਟ ਆ ਵੀ ਉੱਥੇ ਕੰਮ ਕਰਨਾ ਪੈਣਾ ਤੈਨੂੰ ਆ ਪੈਸੇ ਦੇਣਗੇ ਕੰਮ ਕਰਕੇ ਵੀ ਫਿਰ ਤੂੰ ਟੈਕਸੀ ਲੈ ਕੇ ਆ ਜੀ ਤੇ ਮੈਂ ਉੱਥੇ ਵੀ ਜਦੋਂ ਬੀਟਰ ਦਾ ਕੰਮ ਕੀਤਾ ਭਾਂਡੇ ਮਾਂਜੇ ਉੱਥੇ ਮੈਂ ਮੜਾ ਮੈਂ ਉੱਥੇ ਇੱਕ ਦੇਸ਼ ਲਈ ਏਡਾ ਵੱਡਾ ਨਾਮ ਜਿੱਤੇ ਆ ਚਲੋ ਮੈਨੂੰ ਬਹੁਤ ਗਰਬ ਆ ਵੀ ਯਾਰ ਮੈਂ ਦੇਸ਼ ਲਈ ਮਤਲਬ ਮੈਂ ਆਪਣੇ ਲਈ ਦੇਸ਼ ਲਈ ਆਪਣੇ ਪੰਜਾਬ ਲਈ ਕੀਤਾ ਪਰ ਉਦੋਂ ਬਾਅਦ ਮੈਂ ਭਾਂਡੇ ਮਾਂਜੇ ਭਾਂਡੇ ਮਾਂਜ ਕੇ ਮੈਂ ਟੈਕਸੀ ਲਈ ਕਰਾਇਆ ਕੱਢਿਆ ਫਿਰ ਮੈਂ ਆਪਣੇ ਘਰੇ ਆਇਆ ਜੀ ਮਦਵ ਉੱਥੇ ਬਾਹਰ ਜਾ ਕੇ ਵੀ ਭਾਂਡੇ ਮਾਂਜਣੇ ਤੇ ਤਾਂ ਗੁਜ਼ਾਰਾ ਹੋਇਆ ਨਹੀਂ ਇੱਦਾਂ ਗੁਜ਼ਾਰਾ ਨਹੀਂ ਸੀ ਨਹੀਂ ਹੁੰਦਾ ਮੈਂ ਹੁਣ ਵੀ ਆਪਣੀ ਡਾਈਟ ਦਾ ਗੁਜ਼ਾਰਾ ਕੰਮ ਕਰਕੇ ਹੀ ਕਰਦਾ ਮਾਂ ਪਰ ਮੈਨੂੰ ਐ ਵੀ ਚਲੋ ਕਹਿੰਦੇ ਖਿਡਾਰੀ ਨੂੰ ਪੈਸੇ ਦਾ ਨਹੀਂ ਹੁੰਦਾ ਹੈਗਾ ਪੈਸੇ ਦਾ ਹਰ ਤਰੀਕੇ ਨਾਲ ਆਪਾਂ ਕਮਾ ਸਕਦੇ ਹਾਂ ਠੀਕ ਆ ਜੀ ਪਰ ਮੈਂ ਕੁਝ ਲੱਗ ਕਰਨਾ ਚਾਹੁੰਦਾ ਮੈਂ ਆਪਣੇ ਦੇਸ਼ ਲਈ ਲੜਨਾ ਚਾਹੁੰਦਾ ਮੈਂ ਦੇਸ਼ ਲਈ ਖੇਡਣਾ ਚਾਹੁੰਦਾ ਪੰਜਾਬ ਲਈ ਖੇਡਣਾ ਚਾਹੁੰਦਾ ਮੈਂ ਖਾਸ ਕਰ ਪੰਜਾਬ ਲਈ ਕਿ ਮੈਂ ਪੰਜਾਬੀ ਦਾ ਨਾਮ ਉੱਪਰ ਕਰਾਂ ਮੈਨੂੰ ਬਸ ਇਹ ਆ ਵੀ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਮੈਂ ਥੋੜਾ ਜਿਹਾ ਥਲਬੀ ਪਿੱਛੇ ਰਹਿ ਰਿਹਾ ਮੈਂ ਇਹ ਚੀਜ਼ ਨੂੰ ਲੈ ਕੇ ਜੀ ਡਾਈਟ ਕੀ ਆ ਤੁਹਾਡੀ ਡੈਡ ਜੀ ਨੇਚਰਲ ਡਾਈਟ ਆ ਦੁੱਧ ਕਿਉਂ ਦਹੀਂ ਲੱਸੀ ਆ ਮੇਰਾ ਘਰ ਦਾ ਆਪ ਦਾ ਵਾ ਠੀਕ ਆ ਜੀ ਘਰੇ ਬਣਾਉਣਾ ਹਰ ਇੱਕ ਚੀਜ਼ ਤਿਆਰ ਕਰਦਾ ਮੈਂ ਸਟੀਰੋਇਡ ਵਗੈਰਾ ਮੈਂ ਨਹੀਂ ਖਾਂਦਾ ਹੈਗਾ ਨੇਚਰਲ ਡਾਈਟ ਤੇ ਹੀ ਮਤਲਬ ਮੈਂ ਰਹਿਣਾ ਮਾ ਜੀ ਜੀ ਨਸ਼ਾ ਪੱਤ ਤਾ ਨਹੀਂ ਕੋਈ ਨਹੀਂ ਜਿੰਦਗੀ ਚ ਮੈਂ ਕਦੇ ਨਸ਼ਾ ਤਾਂ ਨਹੀਂ ਕੀਤਾ ਪਰ ਮੈਂ ਲੜਾਈਆਂ ਜ਼ਰੂਰ ਕੀਤੀਆਂ ਸੀ ਲੜਦਾ ਰਹਿੰਦਾ ਸੀ ਮੈਂ ਤੇ ਉਹ ਚੀਜ਼ ਇਹ ਤੇ ਨਸ਼ਾ ਨਹੀਂ ਮੈਂ ਆਪਦੀ ਲਾਈਫ ਚ ਕਦੇ ਲਗਿਆ ਮੈਨੂੰ ਪਤਾ ਵੀ ਜਿਹੜਾ ਖਿਡਾਰੀ ਨਸ਼ਾ ਹੀ ਕਰਨ ਲੱਗਾ ਫੇਰ ਖਿਡਾਰੀ ਕਿੱਥੋਂ ਅੱਗੇ ਵਧਜੂਗਾ ਤੇ ਮੈਂ ਨਸ਼ਾ ਨਹੀਂ ਕਦੇ ਕੀਤਾ ਹੈਗਾ ਜੀ ਆ ਵੀ ਲਾਈਫ ਦੇ ਵਿੱਚ ਹਾਂ ਜੀ ਮੈਨੂੰ ਜਿੱਤ ਤੱਕ ਲੱਗਦਾ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਕਦੀ ਪਲੇਅਰ ਹੀ ਨਹੀਂ ਬਣ ਸਕਦਾ ਹਾਂ ਜੀ ਅੱਜ ਕੱਲ ਦੇ ਬਹੁਤ ਮੁੰਡੇ ਆ ਜਿਹੜੇ ਨਾ ਮਤਲਬ ਗੇਮ ਕਰਦੇ ਆ ਗੇਮ ਡਰੱਗਸ ਕਰਕੇ ਗੇਮ ਕਰਦੇ ਆ ਡਰੱਗਸ ਲਾ ਲੈਂਦੇ ਨੇ ਸਟੀਰੋਇਡ ਵਗੈਰਾ ਲ ਜਿਆਦਾ ਲੰਬਾ ਨਹੀਂ ਚੱਲਦੇ ਹੈਗੇ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਆ ਲੀਵਰ ਚ ਪ੍ਰੋਬਲਮ ਆਉਂਦੀ ਆ ਹਾਰਡ ਦੇ ਵਿੱਚ ਪ੍ਰੋਬਲਮ ਆਉਂਦੀ ਆ ਅਟੈਕ ਆਉਂਦੇ ਨੇ ਪਰ ਮੈਂ ਖਿਡਾਰੀ ਨੂੰ ਬੇਨਤੀ ਕਰੂੰਗਾ ਵੀ ਥੋੜਾ ਲੇਟ ਚੱਲ ਪਿਓ ਥੋੜਾ ਲੇਟ ਫੇਮਸ ਹੋ ਜਿਓ ਪਰ ਨਸ਼ਾ ਨਾ ਕਰਿਓ ਨਸ਼ਾ ਜ਼ਿੰਦਗੀ ਦੀ ਤਬਾਹ ਕਰ ਦਿੰਦਾ ਥੋੜੇ ਟਾਈਮ ਦਾ ਫੇਮ ਆ ਪਰ ਜ਼ਿੰਦਗੀ ਤਬਾਹ ਹੋ ਜਾਂਦੀ ਆ ਮਾਂ ਬਾਪ ਦੇ ਵੀ ਤਬਾਹ ਹੋ ਜਾਂਦੇ ਆ ਜੀ ਕਿਹੜੇ-ਕਿਹੜੇ ਕੰਟਰੀਜ਼ ਦੇ ਵਿੱਚ ਗਏ ਹੋ? ਹਾਂਜੀ ਮੈਂ ਜੀ ਸਿੰਗਾਪੁਰ, ਮਲੇਸ਼ੀਆ, థਾਈਲੈਂਡ, ਬਾਟਾਮ। ਮੈਂ ਆਹ ਕੰਟਰੀਆਂ ਦੇ ਵਿੱਚ ਮੈਂ ਆਪਣੀ ਫਾਈਟ ਕਰ ਚੁੱਕਿਆ ਵਾਂ। ਜਿਦੇ ਵਿੱਚ ਮੈਂ 11 ਮੈਚ ਖੇਡੇ ਆ, 8 ਮੈਚ ਮੈਂ ਜਿੱਤੇ ਆ ਜੀ ਇਹਦੇ ਵਿੱਚ। ਹਾਂਜੀ। 11 ਚੋਂ 8 ਮੈਚ ਜਿੱਤੇ ਆ ਤੁਸੀਂ। ਤਿੰਨ ਮੈਚ ਹੀ ਹਾਰੇ ਆ। ਜੋ ਵੀ ਚੀਟਿੰਗ ਨਾਲ ਹਾਰੇ ਆ ਮੈਂ। ਅੱਛਾ। ਹਾਂਜੀ। ਬਾਜੀ ਤੁਸੀਂ ਇਦਾਂ ਨਹੀਂ ਜਿਵੇਂ ਤੁਸੀਂ ਕਿਹਾ ਕਿ ਰੌਡ ਮਾਰੀ ਐ ਕੁਛ ਅਦਾਂ। ਇਦਾਂ ਤਾਂ ਉਹ ਹੋ ਸਕਦਾ ਕਿ ਬੰਦੇ ਦੀ ਜਾਨ ਤੱਕ ਜਾ ਸਕਦੀ ਤੇ ਰਿਸਕ ਹਾਂਜੀ ਜਿਹੜਾ ਇਹ ਮੇਰਾ ਮੈਚ ਸੀ ਨਾ ਕਿਉਂਕਿ ਗੱਲ ਪੰਜਾਬ ਤੇ ਆ ਗਈ ਸੀ ਨਾ ਇਹ ਮੇਰਾ ਨਾਟ ਡਿਸਕਵালিਫਾਈ ਮੈਚ ਹੁੰਦਾ ਵੀ ਇਹਦੇ ਵਿੱਚ ਕੋਈ ਵੀ ਹਥਿਆਰ ਆਪਾਂ ਯੂਜ਼ ਕਰ ਸਕਦੇ ਆ ਵੀ ਕਿੱਦਾਂ ਵੀ ਬੰਦੇ ਨੂੰ ਆਪਾਂ ਢੇਰੀ ਕਰ ਸਕਦੇ ਆ ਇਹ ਮਤਲਬ ਇਹਦੇ ਵਿੱਚ ਕੋਈ ਵੀ ਮਤਲਬ ਕਈ ਹੁੰਦੇ ਨੇ ਮੈਚ ਜਿਹੜੇ ਮੈਚ ਆਪਣੇ ਹੁੰਦੇ ਨੇ ਰੂਲ ਮੁਤਾਬਕ ਹੁੰਦੇ ਆ ਪਰ ਜਿਹੜਾ ਇਹ ਮੇਰਾ ਮੈਚ ਰੂਲ ਮੁਤਾਬਕ ਮੈਚ ਨਹੀਂ ਸੀ ਇਹ ਮਾਰਨ ਮਟਾਉਣ ਵਾਲਾ ਕੰਮ ਸੀ ਤੇ ਰੂਲ ਮੁਤਾਬਕ ਨਹੀਂ ਸੀ ਇਹ ਮੈਚ ਜੀ ਅਜੀ ਕਈ ਲੋਕ ਐ ਵੀ ਕਹਿੰਦੇ ਨੇ ਕਿ ਜਿਹੜੀਆਂ ਰੈਸਲਿੰਗ ਟੀਵੀ ਤੇ ਦੇਖਦੇ ਆ ਤਾਂ ਉਹ ਫੇਕ ਹੁੰਦੀ ਆ ਅੰਦੀ ਬਦਿਆ ਕਵਾਸਤ ਨੂੰ ਪੁੱਛਿਆ ਕਿ ਕਹਿੰਗੇ ਸਾਰੇ ਲੋਕਾਂ ਨੂੰ ਇਹ ਲੱਗਾ ਹੀ ਲੋਕ ਹੈਗੇ ਨੇ 10 20% ਲੋਕ ਇਹਨਾਂ ਨੂੰ ਐ ਲੱਗਦਾ ਵੀ ਇਹ ਫੇਕ ਆ ਇਹ ਗੇਮ ਫੇਕ ਨਹੀਂ ਹੁੰਦੀ ਹੈਗੀ ਜੇ ਮੰਨ ਲਾ ਮੰਨ ਕੇ ਚੱਲੋ ਇਹ ਗੇਮ ਫੇਕ ਆ ਫਿਰ ਤਾਂ ਪੈਸੇ ਵਾਲਾ ਬੰਦਾ ਜਾਊਗਾ ਰੈਸਿੰਗ ਤੇ ਬੜੂਗਾ ਆਪਦਾ ਫੇਮ ਲੈਣ ਵਾਸਤੇ ਪੈਸੇ ਦੇ ਕੇ ਫੇਮ ਲੈ ਲੂਗਾ ਨਹੀਂ ਪਰ ਤੁਸੀਂ ਮੋਡੇ ਤੇ ਮੇਰੀ ਛੱਟ ਦੇਖਦੇ ਹੀ ਪਏ ਹੋ ਜੇ ਮੇਰੀ ਛੱਟ ਆ ਜੇ ਫੇਮ ਹੋ ਮਤਲਬ ਫੇਕ ਹੁੰਦੀ ਤਾਂ ਇਹ ਛੱਟ ਕਿਉਂ ਬਦੀ ਮੈਂ ਆਪਣੇ ਪੰਜਾਬ ਲਈ ਕਾਤੇ ਖੂਨ ਕੜਦਾ ਇਹਦੇ ਵਿੱਚ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਨਾ ਇਹਦੇ ਵਿੱਚ ਕੀ ਹੁੰਦਾ ਸਾਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਬਾਡੀ ਦਾ ਜਿਹੜਾ ਸਟਰੋਂਗ ਪਾਰਟ ਆ ਵੀ ਉਹਤੇ ਅਟੈਕ ਕਰਨਾ ਆਪਾਂ ਜਾਣ ਤੋਂ ਦਾ ਕਿਸੇ ਨੂੰ ਮਾਰਨੇ ਨਹੀਂ ਰਹਿਗੇ ਹੁਣ ਜੇ ਆਪਾਂ ਜਾਣ ਨੂੰ ਹੀ ਜਾਣ ਨੂੰ ਹੀ ਮਾਰ ਲਾਗੇ ਫਿਰ ਤਾਂ ਪਹਿਲਵਾਨ ਨਹੀਂ ਕੋਈ ਉੱਠੂਗਾ ਫਿਰ ਤਾਂ ਮਾਪੇ ਕੋਈ ਘੱਲਣਗੇ ਨਹੀਂ ਆਪਦੇ ਬੱਚਿਆਂ ਨੂੰ ਸਾਡੇ ਬੱਚਾ ਮਰ ਜਾਊਗਾ ਮਤਲਬ ਇਹਦੇ ਵਿੱਚ ਰੂਲ ਹੁੰਦੇ ਆ ਰੂਲ ਮੁਤਾਬਕ ਹੀ ਅਸੀਂ ਫਾਈਟ ਕਰਦੇ ਆ ਬਾਡੀ ਕਰਦੇ ਆ ਉਹ ਸਾਹਮਣੇ ਇਸ ਬੰਦੇ ਨੂੰ ਹਰਾਉਨੇ ਆ ਜੀ ਤੁਹਾਡੀ ਵੀਡੀਓ ਦੇ ਵਿੱਚ ਦੇਖਿਆ ਉਹਨਾਂ ਨੇ ਟਿਊਬ ਮਾਰੀ ਜਦ ਹੀ ਤੁਹਾਡੇ ਖੂਨ ਨਿਕਲਣ ਲੱਪਿਆ ਤੇ ਪਿੱਛੋਂ ਕੋਈ ਕੁੜੀ ਆਈ ਉਹ ਤੁਹਾਡੇ ਪ੍ਰਾਈਵੇਟ ਪਾਰਟਸ ਦੇ ਉੱਤੇ ਵੀ ਹਮਲਾ ਕਰਦੀ ਹੈ ਜਿਹਦੇ ਵਿੱਚ ਤੁਸੀਂ ਬਿਲਕੁਲ ਹੀ ਤੁਹਾਡੀ ਜਾਨ ਜਾਨ ਤੱਕ ਦਾ ਵੀ ਰਿਸਕ ਸੀ ਹਾਂਜੀ ਮੈਂ ਨਾ ਮੇਰੇ ਜਦੋਂ ਉਹਨਾਂ ਨੇ ਟੂਬ ਮਾਰੀ ਉਹ ਤੋਂ ਪਹਿਲਾਂ ਕੁੜੀ ਨੇ ਮਤਲਬ ਮੈਂ ਨਾ ਮਤਲਬ ਮੈਨੂੰ ਪਾਵਰ ਚ ਆਇਆ ਮੈਂ ਵੀ ਹੁਣ ਮੈਂ ਇਹਨਾਂ ਨੂੰ ਹਰਾ ਦਿੰਨਾ ਮੈਂ ਜਦੋਂ ਦੋਨੀ ਉਹ ਰੈਸਲਰ ਸਿੱਟੇ ਕੁੜੀ ਆਈ ਮੇਰੇ ਪਿੱਛੇ ਜਾ ਕੇ ਪ੍ਰਾਈਵੇਟ ਪਾਰਟੀ ਉਹਨੇ ਟੈਗ ਕੀਤਾ ਉਸ ਟਾਈਮ ਮੇਰਾ ਇਹ ਹਾਲਾਤ ਆ ਗਏ ਸੀ ਮੇਰੀ ਜ਼ਿੰਦਗੀ ਦੇ ਵੀ ਸੁਲਤਾਨ ਤੂੰ ਅੱਜ ਗਿਆ ਚਲ ਮੈਂ ਕਹਿੰਦਾ ਵੈਗੁਰੂ ਦੀ ਕਿਰਪਾ ਸੀ ਮਾਲਕ ਦੇ ਗੁਰੂ ਘਰ ਮੱਥਾ ਟੇਕ ਕੇ ਗਿਆ ਸੀ ਮੈਂ ਕਿਹਾ ਵੀ ਹਾਰ ਨਾਣੀ ਹੈਗਾ ਮਰਨਾ ਮਨਜ਼ੂਰ ਆ ਜਾਨ ਸੀ ਮਾਲਕ ਨੇ ਹੱਥ ਰੱਖਿਆ ਤੇ ਮੈਂ ਮੁਕਾਬਲਾ ਜਾਰੀ ਰੱਖਿਆ ਤੇ ਉਹ ਕੁੜੀ ਨੇ ਤਾਂ ਕੋਈ ਮਤਲਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਮੈਂ ਕਿਸੇ ਪਾਸੋਂ ਵੀ ਮਾਰਾਂ ਇਹਨੂੰ ਇਹ ਮਾਰਦੀ ਹੈ ਸੁਲਤਾਨ ਵੀ ਚੈਲੰਜ ਕਿਵੇਂ ਕੀਤਾ ਇਹਨੇ ਜਦੋਂ ਉਹਨਾਂ ਨੇ ਚੈਲੰਜ ਕੀਤਾ ਤੁਹਾਨੂੰ ਤੁਸੀਂ ਚੈਲੰਜ ਕੀਤਾ ਜਦੋਂ ਉਹਨਾਂ ਨੂੰ ਉਦੋਂ ਕਿੱਦਾਂ ਤਿਆਰੀ ਕਿੱਦਾਂ ਕੀ ਸਿਸਟਮ ਸੀਗਾ ਕਿ ਪੂਰੀ ਤਿਆਰੀ ਕਰ ਲਈ ਸੀ ਕਿ ਉਸ ਤੋਂ ਉਦੋਂ ਤੱਕ ਤੁਸੀਂ ਤਿਆਰ ਸੀਗੇ ਕਿ ਮੈਂ ਹੁਣ ਕਰ ਸਕਦਾ ਹਾਂ ਦਾ ਮੁਕਾਬਲਾ ਫੇਸ ਕਰ ਸਕਦਾ ਹਾਂ ਨੇ ਜੀ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ ਮੈਂ ਕਿਉਂਕਿ ਗੱਲ ਪਤਾ ਕੀ ਸੀ ਮੈਂ ਚਲੋ ਮੈਂ ਰੈਸਲਿੰਗ ਤਾਂ ਮੈਂ ਜਾਣਦਾ ਸੀ ਵੀ ਰੈਸਲਿੰਗ ਕਿਵੇਂ ਕਰਨੀ ਆ ਪਰ ਮੈਂ ਤਿਆਰ ਨਹੀਂ ਸੀ ਮੈਂ ਤਾਂ ਘਰੇ ਬੈਠਾ ਸੀ ਆਪਣਾ ਮੈਂ ਤੇ ਨਾਰਮ ਮਾੜਾ ਮੋਟਾ ਜਿੰਮ ਜੁਮਲ ਆਉਂਦਾ ਸੀ ਪਰ ਮੈਂ ਰੈਸਲਿੰਗ ਟ੍ਰੇਨਿੰਗ ਨਹੀਂ ਕਰਦਾ ਸੀ ਬਿਲਕੁਲ ਤਿਆਰ ਨਹੀਂ ਸੀ ਪਰ ਗੱਲ ਚੈਲੰਜ ਤੇ ਆ ਗਈ ਕੋ ਮੈਂ ਕਿਹਾ ਜਦੋਂ ਉਹਨੇ ਚੈਲੰਜ ਹੀ ਕਰਤਾ ਫਿਰ ਤਿਆਰੀ ਕੀ ਦੇਖਣੀ ਆ ਕਿਉਂਕਿ ਤਿਆਰੀ ਨੂੰ ਲੱਗਣਾ ਸੀ ਟਾਈਮ ਫਟਕੜ 2-3 ਮਹੀਨੇ ਤਿਆਰੀ ਨੂੰ ਲੱਗਣੇ ਜਾਨੂ ਉਹਨੇ ਕੁਝ ਹੋਰ ਕੁਝ ਬੋਲ ਦੇਣਾ ਸੀ ਫਿਰ ਪੰਜਾਬੀ ਕੋ ਉਠਣਾ ਸੀ ਬੇਇਜ਼ਤੀ ਮੰਨੀ ਪੰਜਾਬ ਦੀ ਬੇਇਜ਼ਤੀ ਹੋਈ ਆ ਤਾਂ ਇਸ ਕਰਕੇ ਮੈਂ ਬਿਨਾਂ ਤਿਆਰੀ ਤੋਂ ਨਾ ਜਾ ਕੇ ਫਾਈਟ ਕੀਤੀ ਜੇ ਤਾਂ ਤਿਆਰੀ ਹੁੰਦੀ ਫਿਰ ਤਾਂ ਇੰਨਾ ਦਮਾ ਲੰਬਾ ਜਾਣ ਨਹੀਂ ਦੇਣਾ ਸੀ ਫਿਰ ਤਾਂ ਮੈਂ 2-3 ਮਿੰਟ ਦੇ ਵਿੱਚ ਮਾਰ ਕੇ ਦੋ ਮੂਵਾਂ ਨੂੰ ਹਰਾ ਦੇਣਾ ਸੀ ਫਿਰ ਬਿਨਾਂ ਤਿਆਰੀ ਤੋਂ ਮੈਂ ਬੰਦਾ ਹਰਾਇਆ ਜੀ ਕਿਉਂਕਿ ਉਹ ਤਿੰਨੇ ਜਾਣੇ ਸੀ ਮੈਂ ਕੱਲਾ ਸੀ ਉਹ ਧੋਖੇ ਦੇ ਧੋਖਾ ਮੇਂ ਨਾ ਕਰਦੇ ਰਹੇ ਨੇ ਉਹ ਚੀਜ਼ ਨੂੰ ਲੈ ਕੇ ਜੀ ਭਾਜੀ ਜਿਵੇਂ ਤੁਸੀਂ ਦੇਖਿਆ ਕਿ ਤੁਸੀਂ ਬਹੁਤ ਲੋਕੀ ਨਸ਼ੇ 'ਚ ਲੱਗੇ ਹੋਏ ਨੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਐਦਾਂ ਦਾ ਕਿ ਲੋਕਾਂ ਨੂੰ ਇਧਰਲੀ ਸਾਈਡ ਜਾਣਾ ਚਾਹੀਦਾ ਆ ਬਟ ਨਸ਼ਿਆਂ ਵੱਲ ਨਹੀਂ ਜਾਣਾ ਚਾਹੀਦਾ ਹਾਂਜੀ ਬਹੁਤ ਸਮਾਂ ਪਹਿਲਾਂ ਨਾ ਪੰਜਾਬ ਦੇ ਜਿਹੜਾ ਪੰਜਾਬ ਸੀ ਨਾ ਜਿਹੜਾ ਤੀਜੇ ਚੌਥੇ ਖੇਡਾਂ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਹੁੰਦਾ ਇਹ ਆਪਣੇ ਇੰਡੀਆ ਦੇ ਵਿੱਚ ਅੱਜ ਦੀ ਡੇਡ ਦੇ ਵਿੱਚ ਉਹ 23ਵੇਂ 24ਵੇਂ ਨੰਬਰ ਤੇ ਪੰਜਾਬ ਆ ਚੁੱਕਿਆ ਵਾ ਕਿਉਂਕਿ ਨਸੇ ਦੇ ਦਲਦਲ ਵਿੱਚ ਨੌਜਵਾਨ ਮੁੰਡੇ ਬਹੁਤ ਵੱੜ ਗਏ ਨੇ ਟਿਕਟੋਕ ਇੰਸਟਾਗ੍ਰਾਮ ਇਹਨਾਂ ਦੇ ਵੀਡੀਓ ਪਾਉਂਦੇ ਆ ਖੇਡਾਂ ਬੱਲੀ ਤੇ ਨਹੀਂ ਜਾਂਦਾ ਕਿਉਂਕਿ ਹੁਣ ਜਿਹੜੇ ਬੰਦੇ ਨੇ ਫੇਮ ਲੈਣਾ ਮਾ ਇੰਸਟਾਗ੍ਰਾਮ ਤੇ ਹੋਜੋ ਦੋ ਤਿੰਨ ਰੀਲਾ ਪਾ ਲੋ ਬੰਦੇ ਜਾਣਨ ਲੱਜਿੰਦੇ ਨੇ ਪਰ ਖੇਡਾਂ ਬੱਲੀਂ ਧਿਆਨ ਨਹੀਂ ਦਿੰਦਾ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਇਹ ਕਰਦਾ ਮਾਂ ਕਿ ਪੰਜਾਬ ਨੂੰ ਯਾਰ ਆਪਾਂ ਬਚਾਉਣਾ ਵਾ ਜੇ ਪੰਜਾਬ ਨੂੰ ਬਚਾਉਣਾ ਹੈ ਪਹਿਲਾਂ ਤਾਂ ਪੰਜਾਬ ਚ ਨਸ਼ਾ ਕੱਢ ਛੱਡਣਾ ਪੈਣਾ ਵਾ ਫਿਰ ਉੱਥੇ ਆਪਾਂ ਨੂੰ ਰੈਸ਼ਲੇ ਆਪਾਂ ਨੂੰ ਜਿਵੇਂ ਮੰਨ ਲਓ ਕੋਈ ਵੀ ਗੇਮ ਆ ਕਿਸੇ ਵੀ ਲੈਵਲ ਦੇ ਬੱਚੇ ਦੇ ਵਿੱਚ ਹੋਣਾ ਰਾ ਵੀ ਉਹ ਪਾਰਟਿਸਿਪੇਟ ਕਰੋ ਤੇ ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਵਾਂ ਕਿ ਵੀ ਯਾਰ ਖਿਡਾਰੀਆਂ ਦਾ ਥੋੜਾ ਜਿਆ ਧਿਆਨ ਦੇਣ ਗਵਰਨਮੈਂਟ ਗਵਰਨਮੈਂਟ ਜਿਹੜੀ ਇਸ ਭਵੰਤਮਾਨ ਦੀ ਸਰਕਾਰ ਆ ਆਮ ਪਾਰਟੀ ਵੀ ਥੋੜਾ ਜਿਆ ਖਿਡਾਰੀਆਂ ਬੰਨੀ ਧਿਆਨ ਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਸਾਭੇ ਜੀ ਹਾਂਜੀ ਮੇਰਾ ਇਹੀ ਮੇਰੀ ਬੇਨਤੀ ਆ ਵੀ ਨਸ਼ਾ ਨਾ ਕਰਿਓ ਵੀ ਨਸ਼ਾ ਜਿਹੜਾ ਬਾ ਇਹ ਘਰ ਦੇ ਘਰ ਤਬਾਹ ਕਰ ਦਿੰਦਾ ਮਾਪੇ ਬਹੁਤ ਦੁਖੀ ਹੁੰਦੇ ਇਹਦੇ ਵਿੱਚ ਉਹ ਪਰਿਵਾਰ ਉਜੜ ਜਾਂਦਾ ਵਾ ਵੀ ਜਿਹੜਾ ਨਸ਼ਾ ਇਹਨੂੰ ਛੱਡੋ ਚਿੱਟਾ ਜਿਹੜਾ ਜ਼ਿੰਦਗੀ ਵਿੱਚ ਚਿੱਟਾ ਨਸ਼ਾ ਨਾ ਯਾਰ ਕਰੋ ਜਿਹੜੇ ਨੌਜਵਾਨ ਨਸ਼ਾ ਕਰਦੇ ਮੈਂ ਬੇਨਤੀ ਹੱਥ ਜੋੜ ਕੇ ਕਰਦਾ ਕਿ ਯਾਰ ਨਸ਼ੇ ਚਿੱਟੇ ਨਸ਼ੇ ਤੋਂ ਦੂਰ ਰਹੋ ਬਾਕੀ ਵੀ ਨਸ਼ਿਆਂ ਤੋਂ ਦੂਰ ਰੋ ਆਪਣੀ ਮਿਹਨਤ ਕਰੋ ਮੇਰੇ ਬਾਪੂ ਕੋ ਮੈਂ ਦੇਖੋ ਕਿਦਾਂ ਆਇਆ ਮੇਰੀ ਲਾਈਫ ਵੀ ਕੱਲ ਤੱਕ ਮਾਂ ਚ ਪੈ ਗਈ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲਿਆ ਸੰਭਾਲ ਕੇ ਅੱਜ ਮੈਂ ਪੰਜਾਬ ਲਈ ਕੋਸ਼ਿਸ਼ ਕੀਤਾ ਮੈਂ ਵੀ ਕਹਿੰਦਾ ਤੁਸੀਂ ਵੀ ਇਦਾਂ ਪੰਜਾਬ ਲਈ ਕਰੋ ਛੋਡਾ ਵੀ ਇਦਾਂ ਨੌ ਹੋਵੇ ਛੋਡ ਵੀ ਲੋਕ ਇੱਜ਼ਤ ਕਰਨ ਭਾਜੀ ਅਗਲੇ ਪਲਾਨ ਕੀ ਨੇ ਅੱਗੇ ਕੀ ਸੋਚਿਆ ਹਾਂਜੀ ਮੇਰਾ ਜਿਹੜਾ ਅਗਲਾ ਪਲਾਨ ਆ ਨਾ ਮੇਰਾ ਸਭ ਤੋਂ ਵੱਡਾ ਜਿਹੜਾ ਸੁਪਨਾ ਜ਼ਿੰਦਗੀ ਦਾ ਨਾ ਮੈਂ WWE ਕਰ ਰੈਸਲਰ ਮੈਂ ਰੈਸਲਿੰਗ ਪਲੇਟਫਾਰਮ ਆ ਬਹੁਤ ਵੱਡਾ ਵਾ ਲੋਕ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਇੰਡੀਆ ਦੇ ਸਭ ਤੋਂ ਵੱਧ ਦੇਖਣ ਵਾਲਾ ਇਹ ਆਪਣਾ ਸ਼ੋਅ ਆ ਜਿਹੜਾ ਵਾ ਮੈਂ ਇਹਦੇ ਵਿੱਚ ਜਾਣਾ ਚਾਹੁੰਦਾ ਇਹਦੇ ਵਿੱਚ ਜਾ ਕੇ ਮੈਂ ਜਿਹੜੀ ਉਹਨਾਂ ਦੀ ਬੈਲਟਾਂ ਨੇ 골ਡ ਦੀਆਂ ਜੋ ਵੀ ਬੈਲਟ ਮੈਂ ਆਪਣੇ ਮੋਢੇ ਤੇ ਰੱਖਣਾ ਚਾਹੁੰਦਾ ਮੇਰੀ ਜ਼ਿੰਦਗੀ ਦਾ ਇੱਕ ਡ੍ਰੀਮ ਆ ਯਾਰ ਇੱਕ ਲੇਜੈਂਡ ਬੰਦਾ ਰੋਮਨ ਰੇਂਜ਼ ਮੈਂ ਉਹਦੇ ਨਾਲ ਫਾਈਟ ਕਰਨਾ ਚਾਹੁੰਦਾ ਮੈਂ ਮੈਂ ਉਹਦੇ ਵਾਂਗੂ ਬਣਨਾ ਚਾਹੁੰਦਾ ਮਾਂ ਤੇ ਮੈਂ ਉਹਦੇ ਜਿੰਨਾ ਹੀ ਤਕੜਾ ਹੋਣਾ ਚਾਹੁੰਦਾ ਮਾਂ ਤੇ ਮੈਂ ਉਹਨੂੰ ਹਰਾਉਣਾ ਚਾਹੁੰਦਾ ਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਮੈਂ ਉਹਰੇ ਵਾਂਗੂ ਮਿਹਨਤ ਹੁਣ ਮੈਂ ਉਹਦੇ ਵਾਂਗੂ ਮਿਹਨਤ ਕਰੂੰਗਾ ਉਹਦੇ ਵਰਗਾ ਬਣ ਕੇ ਉਹਨੂੰ ਮੈਂ ਹਰਾ ਕੇ ਉਹਦੀ ਬੈਲਟ ਜਿਹੜੀ ਆ ਮੈਂ ਆਪਣੇ ਪੰਜਾਬ ਲਈ ਆਪਣੇ ਸ਼ਹਿਰ ਲਈ ਲੈ ਕੇ ਆਉਂਗਾ ਜੀ ਭਾਜੀ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਕੰਡੀਸ਼ਨਸ ਨੇ ਉਹ ਠੀਕ ਨਹੀਂ ਹੈਗੀਆਂ ਜ਼ਿਆਦਾ ਜਿਹਦੇ ਨਾਲ ਉਹਨਾਂ ਦੀ ਡਾਈਟ ਆ ਜਿਹੜੀ ਉਹ ਵੀ ਪੂਰੀ ਨਹੀਂ ਉਹ ਲੈ ਸਕਦੇ ਹੈਗੇ ਜਿਹਦੇ ਕਰਕੇ ਉਹਨਾਂ ਦੇ ਨਾਲ ਇੱਕ ਅੰਕਲ ਜੀ ਖੜੇ ਨੇ ਜੋ ਕਿ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਤੂੰ ਤੇਰੀ ਡਾਈਟ ਦਾ ਖਰਚਾ ਮੈਂ ਚੱਕੂੰਗਾ ਬਿਲਕੁਲ ਸਹੀ ਭਾਜੀ ਹਾਂਜੀ ਇਹ ਜੀ ਆਪਣੇ ਬਾਬਾ ਜੀ ਮਾਨਤ ਨੇ ਜੀ ਅਨਿਲ ਕੁਮਾਰ ਜੀ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਸੁਲਤਾਨ ਤੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਵੀ ਤੇਰੀ ਡਾਈਟ ਦਾ ਖਰਚਾ ਹੋਊਗਾ ਵੀ ਇਹ ਚੱਕਣਗੇ ਮਨ ਇਹਨਾਂ ਨੂੰ ਬੜਾ ਮਤਲਬ ਖਿਡਾਰੀ ਬਹੁਤ ਪਸੰਦ ਨੇ ਇਹ ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚ ਵੀ ਜਿਹੜੇ ਖਿਡਾਰੀ ਆ ਮੈਂ ਉਹਨਾਂ ਲਈ ਵੀ ਮੈਂ ਹਮੇਸ਼ਾ ਖੜਾ ਰਹੂੰਗਾ ਸਾਥ ਪਰ ਇਹਨਾਂ ਨੇ ਮੇਰਾ ਸਾਥ ਦਿੱਤਾ ਇਸ ਚੀਜ਼ ਦੇ ਉੱਤੇ ਜੀ ਆਪ ਕੁਝ ਕਹਿਣਾ ਚਾਹਤੇ ਹੋ? ਹਾਂ ਜੀ ਮੈਨੂੰ ਤਾਂ ਲੱਗਿਆ ਬਹੁਤ ਵਧੀਆ ਮਿਹਨਤ ਕਰਦਾ ਹੈ ਮੈਂ ਕਿਹਾ ਵਾ ਬਾਦ ਅੱਗੇ ਇਹ ਜਿੱਤ ਕੇ ਲਿਆਇਆ ਬੈਲਟ ਅਜਾ ਚਾਹੁੰਦੇ ਆ ਬਾਕੀ ਵੀ ਨੌਜਵਾਨ ਸਾਰੇ ਨਸ਼ੇ ਛੱਡ ਕੇ ਇਦਾਂ ਨੂੰ ਪਹਿਨ ਨਹੀਂ ਸਹੀ ਕੰਮ ਚ ਲੈਣ ਪੰਜਾਬ ਦਾ ਨਾਮ ਰੋਸ਼ਨ ਕਰਨ ਹਾਂ ਜੀ ਗੇਮਸ ਪਸੰਦ ਹੈ ਤੁਹਾਨੂੰ? ਮੈਨੂੰ ਬਹੁਤ ਪਸੰਦ ਹੈ ਜੀ। ਤੇ ਤੁਹਾਨੂੰ ਕਿੱਦਾਂ ਲੱਗਿਆ ਕਿ ਮੈਂ ਕੀ ਦੇਖਿਆ ਕਿ ਇਹਨਾਂ ਦੇ ਵਿੱਚ ਕਿ ਮੈਂ ਐਦਾਂ ਬਹੁਤ ਮਿਹਨਤ ਕਰਦਾ ਸੀ ਮਿਹਨਤੀ ਵੀ ਹੈ ਬਹੁਤ ਦੇਰ ਤੋਂ ਮੇਰੇ ਕੋਲ ਆਂਦਾ ਇਹਨਾਂ ਨੇ ਦੇਖਿਆ ਮੈਂ ਕਿਹਾ ਜਿੱਤ ਕੇ ਆਉਗਾ ਸੀ ਮਿਹਨਤ ਕਰਾਈ ਪੂਰੀ ਤੇ ਆਪਣੀ ਮਿਹਨਤ ਕੀਤੀ ਇਹਨਾਂ ਨੇ ਤੇ ਜਿੱਤ ਕੇ ਆਏ ਵੈਲਟ ਮਾਣ ਮਹਿਸੂਸ ਹੁੰਦਾ ਕਿ ਪੰਜਾਬ ਦਾ ਪੂਰਾ ਮਾਣ ਮਹਿਸੂਸ ਹੋ ਰਿਹਾ ਕਿ ਸਾਰੇ ਪੰਜਾਬ ਨੂੰ ਹੋ ਰਿਹਾ ਮਾਣ ਮਹਿਸੂਸ ਇਹ ਜੇ ਖਿਡਾਰੀ ਜੇਕਰ ਪੰਜਾਬ ਦੇ ਵਿੱਚ ਮੂਰੇ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਵੈਸੇ ਤਾਂ ਪੰਜਾਬ ਦਾ ਨਾਮ ਬਹੁਤ ਹੈ ਪਰ ਕਿਤੇ ਨਾ ਕਿਤੇ ਨਸ਼ਾ ਕਰਕੇ ਖਰਾਬ ਹੋ ਰਿਹਾ ਨਾ ਇਹ ਜੇ ਖਿਡਾਰੀ ਜੇ ਅੱਗੇ ਆਣ ਤਾਂ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਹੋ ਸਕਦਾ ਨਾ ਸਿਰਫ ਇੰਡੀਆ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਸੋ ਵੀਡੀਓ ਜੇਕਰ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋਨੇ ਸੋਨੇ ਕਮੈਂਟਸ ਕਰ ਦਿਓ ਭਾਜੀ ਦੇ ਲਈ ਬਣੇ ਰੋ ਸਾਡੇ ਚੈਨਲ ਦੇ ਨਾਲ ਮੈਨੂੰ ਤੋਂ ਇਜਾਜ਼ਤ ਤਨਵਾਦ